ਰੱਬ ਨਹੀਂ ਬਚਾਲਿਆ ਜੀ ਉੱਥੋਂ ਜਿਸ ਹਿਸਾਬ ਨਾਲ ਮਤਲਬ ਅਸੀਂ ਆਵਾਜ਼ਾਂ ਸੁਣਦੇ ਸੀਗੇ ਜਿਸ ਹਿਸਾਬ ਨਾਲ ਦਿਨ ਲੰਘੇ ਆ ਪਿਛਲੇ 10 ਦਿਨ ਉੱਥੇ ਜਿਵੇਂ ਕੱਟੇ ਆ ਜੀ ਬਸ ਦੱਸ ਨਹੀਂ ਸਕਦੇ ਉਹ ਗੱਲਾਂ ਯਾਦ ਕਰਕੇ ਐਂ ਭਰੇ ਆਉਂਦੇ ਅੰਦਰੋਂ ਵੀ ਕੀ ਨਿਕਲੇ ਕਿਵੇਂ ਉੱਥੋਂ 24 ਘੰਟੇ ਮਤਲਬ ਡਰ ਦੇ ਮਾਹੌਲ 'ਚ ਨਿਕਲੇ ਜਦੋਂ ਵੀ ਮਤਲਬ ਸੁਬਾਹ ਜਾਂਦੇ ਹੁੰਦੇ ਸੀਗੇ ਸੁਬਾਹ 6 ਵਜੇ ਤੋਂ 8 ਵਜੇ ਤੱਕ ਕਹਿੰਦੇ ਸੀ ਫਾਇਰ ਹੁੰਦਾ ਸੀਗਾ ਉਦੋਂ ਜਾਂਦੇ ਹੁੰਦੇ ਖਾਣਾ ਵਗੈਰਾ ਤਿਆਰ ਕਰਨ ਲਈ ਵੀ ਉੱਥੇ ਰਹਿਣਾ ਕਿਉਂਕਿ ਮੈਟਰੋ 'ਚ ਤਾਂ ਵਿੱਚ ਕਈ ਵਾਰ ਐਂ ਵੀ ਹੋਇਆ ਵੀ ਸੀਜ਼ ਫਾਇਰ ਨਹੀਂ ਹੋ ਮਤਲਬ ਵਿੱਚ ਸ਼ੈਲਿੰਗ ਦੀ ਆਵਾਜ਼ ਆ ਰਹੀ ਆ ਆਵਾਜ਼ਾਂ 'ਚ ਵੀ ਅਸੀਂ ਵਾਪਸ ਆਏ ਡਰ ਕੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ ਜਿੱਥੇ ਕਿ ਯੂਕਰੇਨ ਅਤੇ ਰੂਸ ਦੀ ਲੜਾਈ ਲੱਗੀ ਹੋਈ ਹੈ ਅਤੇ ਉਹਦੇ ਵਿੱਚ ਤਕਰੀਬਨ 20,000 ਜਿਹੜੇ ਭਾਰਤੀ ਵਿਦਿਆਰਥੀ ਵੀ ਫਸੇ ਹੋਏ ਹਨ ਪਰ ਉਹਨਾਂ ਵਿੱਚੋਂ ਕਾਫੀ ਵਿਦਿਆਰਥੀ ਆ ਜਿਹੜੇ ਉਹ ਯੂਕਰੇਨ ਵਿੱਚੋਂ ਨਿਕਲ ਚੁੱਕੇ ਹੈਗੇ ਕੁਛ ਰਸ਼ੀਆ ਵਿੱਚ ਵੱਗ ਗਏ ਹੈਗੇ ਕੁਛ ਹੋਰ ਜਿਹੜੇ ਕੰਟਰੀ ਆ ਉਹਨਾਂ ਵਿੱਚ ਵੱਗ ਗਏ ਅਤੇ ਕੁਝ ਜਿਹੜੇ ਵਾਪਸ ਆਪਣੇ ਘਰ ਵੀ ਪਹੁੰਚ ਗਏ ਹੈਗੇ ਅਤੇ ਅੱਜ ਬਠਿੰਡਾ ਦੇ ਲਾਲ ਸਿੰਘ ਬਸਤੀ ਦੇ ਇੱਕ ਵਿਦਿਆਰਥੀ ਜਿਹੜਾ ਸੀਗਾ ਕਰਨਵੀਰ ਸਿੰਘ ਉਹ ਵੀ ਸੁੱਕੀ ਛਾਂਦੀ ਆਪਣੇ ਘਰ ਵਿੱਚ ਪਰਤਿਆ ਅਤੇ ਘਰ ਵਿੱਚ ਵਿਆਹ ਵਰਗਾ ਮਾਹੌਲ ਸੀ ਅਤੇ ਜਿਹੜੇ ਉਹਨਾਂ ਦੇ ਮਾਪੇ ਸੀ ਉਹਨਾਂ ਦੇ ਅੱਖਾਂ ਵਿੱਚੋਂ ਖੁਸ਼ੀ ਦੇ ਅੱਥਰੂ ਸੀ ਕਿਉਂਕਿ ਉਹਨਾਂ ਦਾ ਜਿਹੜਾ ਬੇਟਾ ਇੰਨੀਆਂ ਵਰਦੀਆਂ ਗੋਲੀਆਂ ਵਿੱਚੋਂ ਸੁੱਕੀ ਛਾਂਦੀ ਆਪਣੇ ਘਰ ਵਰ ਪਰਤਿਆ ਅਤੇ ਜਿਹੜੇ ਮੁਹੱਲੇ ਦੇ ਲੋਕ ਸੀ ਉਹ ਵੀ ਘਰ ਵਿੱਚ ਇਕੱਠੇ ਹੋਏ ਅਤੇ ਉਹਨਾਂ ਨੇ ਕਰਨਵੀਰ ਨੂੰ ਗਲੇ ਲਾਇਆ ਅਤੇ ਉਹਨਾਂ ਦੇ ਜਿਹੜੇ ਮੂੰਹ ਵੀ ਮਿੱਠਾ ਕਰਾਇਆ ਜਾਣਕਾਰੀ ਦਿੰਦੇ ਹੋਏ ਕਰਨਵੀਰ ਨੇ ਦੱਸਿਆ ਕਿ ਜਿਹੜੇ ਸਾਡੇ ਡਾਕੂਮੈਂਟ ਸੀਗੇ ਉਹਨਾਂ ਦਾ ਸਾਨੂੰ ਸਭ ਤੋਂ ਜ਼ਿਆਦਾ ਦੁੱਖ ਹੈ ਵੈਸੇ ਤਾਂ ਦੁੱਖ ਇਸ ਗੱਲ ਦਾ ਵੀ ਹੋਇਆ ਵੀ ਸਾਡੀ ਉੱਥੇ ਪੜ੍ਹਾਈ ਵਿੱਚ ਰਹਿ ਗਈ ਹੈਗੀ ਅਤੇ ਜਿਹੜੀ 4 ਸਾਲ ਅਸੀਂ ਉੱਥੇ ਲਾਏ ਸੀ ਇੰਨਾ ਸੋਹਣਾ ਦੇਸ਼ ਸੀਗਾ ਜਿਹੜਾ ਜਿੱਥੇ ਕਿ ਅਸੀਂ ਘੁੰਮਣ ਫਿਰਨ ਜਾਂਦੇ ਸੀ ਜਿਹੜੀ ਯੂਨੀਵਰਸਿਟੀ ਵਿੱਚ ਜਾਂਦੇ ਸੀ ਪਰ ਹੁਣ ਉਹ ਸਾਰੇ ਖੰਡਰ ਹੋਏ ਪਏ ਹੈਗੇ ਬਹੁਤ ਦੁੱਖ ਆਉਂਦਾ ਹੈ ਪਰ ਜਿਹੜੇ ਸਾਡੇ ਡਾਕੂਮੈਂਟ ਉੱਥੇ ਰਹਿ ਗਿਆ ਸਾਡੀ ਪੜ੍ਹਾਈ ਹੈ ਜਿਹੜੀ ਉਹ ਵਿੱਚੇ ਰਹਿ ਗਈ ਹੈ ਇਸ ਦਾ ਸਾਨੂੰ ਹੋਰ ਵੀ ਜ਼ਿਆਦਾ ਦੁੱਖ ਹੈ ਅਤੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈਗਾ ਕਿ ਉਹ ਸਾਡੀ ਪੜ੍ਹਾਈ ਦਾ ਅਤੇ ਸਾਡੇ ਡਾਕੂਮੈਂਟਾਂ ਦਾ ਕੋਈ ਨਾ ਕੋਈ ਪ੍ਰਬੰਧ ਕਰਨ ਲਿਆਉਣ ਦਾ ਅਤੇ ਜਿਹੜੀ ਅੱਗੇ ਜਿਹੜੀ ਪੜ੍ਹਾਈ ਰਹਿੰਦੀ ਹੈ ਉਹਨੂੰ ਵੀ ਸਿਰੇ ਲਾਉਣ ਦਾ ਪ੍ਰਬੰਧ ਕੀਤਾ ਜਾਵੇ ਕੀ ਨਾਮ ਹੈ ਕਰਮਵੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਸੀ ਲੁਕਣੇ ਤੋਂ ਬਠਿੰਡੇ ਤੋਂ ਹੀ ਕੀ ਕਹਿਣਾ ਚਾਹੋਗੇ ਜਿਵੇਂ ਯੂਕਰੇਨ 'ਚ ਤੁਸੀਂ ਫਸੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਉੱਥੇ ਮਾਹੌਲ ਤਾਂ ਜੀ ਐਂ ਸਮਝੋ ਰੱਬ ਨਹੀਂ ਬਚਾਲਿਆ ਜੀ ਉੱਥੋਂ ਜਿਸ ਹਿਸਾਬ ਨਾਲ ਮਤਲਬ ਅਸੀਂ ਆਵਾਜ਼ਾਂ ਸੁਣਦੇ ਸੀਗੇ ਜਿਸ ਹਿਸਾਬ ਨਾਲ ਦਿਨ ਲੰਘੇ ਆ ਪਿਛਲੇ 10 ਦਿਨ ਉੱਥੇ ਜਿਵੇਂ ਕੱਟੇ ਆ ਜੀ ਬਸ ਦੱਸ ਨਹੀਂ ਸਕਦੇ ਉਹ ਗੱਲਾਂ ਯਾਦ ਕਰਕੇ ਐਂ ਭਰੇ ਆਉਂਦੇ ਆ ਅੰਦਰੋਂ ਵੀ ਕੀ ਨਿਕਲੇ ਕਿਵੇਂ ਉੱਥੋਂ ਕਰਮਿਕ ਗੱਲ ਕਰੀਏ ਆਪਾਂ ਤੁਸੀਂ ਕਿਸ ਚੀਜ਼ ਦੀ ਸਟੱਡੀ ਕਰਨ ਗਏ ਸੀ ਜੇ ਆਪਾਂ ਗੱਲ ਕਰੀਏ ਕਦੋਂ ਦੇ ਗਏ ਸੀ ਅਤੇ ਕੀ ਮਾਲੀ ਹਾਲਾਤ ਨੇ ਤੁਸੀਂ ਅੱਜ ਪਰਤੇ ਹੋ ਉੱਥੋਂ ਮੈਂ 4 ਸਾਲ ਪਹਿਲਾਂ ਗਿਆ ਸੀ ਕਿ MBBS ਦੀ ਸਟੱਡੀ ਕਰਨ ਖਾਰਕਿਵ 'ਚ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਅਤੇ ਇਸ ਟਾਈਮ ਮਤਲਬ 4 ਸਾਲ ਮਤਲਬ ਜਿਸ ਹਿਸਾਬ ਨਾਲ ਲੰਘੇ ਆ ਵਧੀਆ ਸੀ ਕੁਛ ਮਤਲਬ ਪਹਿਲਾਂ ਵੀ ਹੋ ਚੁੱਕੀਆਂ ਜਿਹਦੇ ਪਰ ਉਮੀਦ ਨਹੀਂ ਸੀ ਵੀ ਇੰਨੀ ਗੱਲ ਵੱਧ ਜੂ ਇਹ ਬਟ ਹੁਣ ਜਿਸ ਹਿਸਾਬ ਦੇ ਹਾਲਾਤ ਹੋਏ ਆ ਜਿਨ੍ਹਾਂ 'ਚੋਂ ਨਿਕਲੇ ਆ ਆਪਣੇ ਵੀ ਕੁਛ ਨੀ ਇਹੋ ਜਿਹੀ ਨਿਊਜ਼ ਆਈ ਸੀ ਓਫੀਸ਼ੀਅਲ ਕਿਸੇ ਦੀ ਕੋਈ ਸਟੇਟਮੈਂਟ ਨਹੀਂ ਆਈ ਸੀ ਵੀ ਤੁਹਾਨੂੰ ਨਿਕਲਣਾ ਚਾਹੀਦਾ ਜਾਂ ਤੁਸੀਂ ਮਤਲਬ ਪਹਿਲਾਂ ਹੀ ਆਪਣੀ ਪ੍ਰੀਕੋਸ਼ਨ ਲਓ ਵੀ ਜਾਂ ਨਿਕਲ ਜਾਓ ਇੱਥੋਂ ਇਹੋ ਜਿਹੀ ਕੋਈ ਅਫੀਸ਼ੀਅਲ ਕੋਈ ਨਿਊਜ਼ ਨਹੀਂ ਆਈ ਸੀ ਜਿਵੇਂ ਹੋਰ ਕੰਟਰੀਆਂ ਨੇ ਪਹਿਲੇ ਆਪਣੇ ਬੱਚੇ ਕੱਢ ਲਏ ਸੀ ਜਾਂ ਵਸਨੀਕ ਸੀ ਤੇ ਆਪਣੇ ਇੰਡੀਆ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂ ਉਹਨਾਂ ਨੇ ਜੀ ਅਫੀਸ਼ੀਅਲ ਪਹਿਲਾਂ ਕੋਈ ਨਿਊਜ਼ ਨਹੀਂ ਆਈ ਜਦੋਂ ਇੱਕ ਵਾਰੀ 24 ਤਰੀਕ ਨੂੰ ਸਟਾਰਟ ਹੋਇਆ ਉਸ ਤੋਂ ਬਾਅਦ ਇਹਨਾਂ ਨਿਊਜ਼ ਡਾਲਣੀ ਸਟਾਰਟ ਕੀਤੀ ਵੀ ਹੁਣ ਨਿਕਲੋ ਉਸ ਤੋਂ ਬਾਅਦ ਫਿਰ ਕੋਈ ਫਾਇਦਾ ਨਹੀਂ ਸੀ ਉਹ ਤੱਕ ਤਾਂ ਫਲਾਈਟਸ ਵਗੈਰਾ ਸਭ ਕੁਝ ਬੰਦ ਹੋ ਚੁੱਕਿਆ ਸੀ 24 ਤਰੀਕ ਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਗੱਲ ਹੋ ਗਈ ਕਦੋਂ ਪਤਾ ਲੱਗਿਆ 24 ਨੂੰ ਸੁਬਾਹ ਹੀ 5 ਵਜੇ ਸਟਾਰਟ ਹੋਈ ਹੈ ਜਦੋਂ ਸ਼ੈਲਿੰਗ ਦੀ ਆਵਾਜ਼ ਆਉਣ ਲੱਗੀ ਆਵਾਜ਼ ਨਾਲ ਹੀ ਉੱਠੇ ਹਾਂ ਰਾਤ ਨੂੰ ਤੁਹਾਨੂੰ ਕੋਈ ਇਹੋ ਜਿਹੀ ਨਹੀਂ ਰਾਤ ਨੂੰ ਸਭ ਕੁਝ ਠੀਕ ਸੀਗਾ ਨਿਊਜ਼ ਵਗੈਰਾ ਦੇਖ ਕੇ ਸੁੱਤੇ ਵੀ ਸਭ ਕੁਝ ਠੀਕ ਸੀਗਾ ਇੱਕਦਮ ਸੁਬਾਹ ਸ਼ੈਲਿੰਗ ਦੀ ਆਵਾਜ਼ ਨਾਲ ਹੀ ਉੱਠੇ ਹਾਂ ਤੁਹਾਡੇ ਨਾਲ ਕਿੰਨੇ ਕੁ ਸਟੂਡੈਂਟ ਸੀਗੇ ਜਾਂ ਕਿਸ ਤਰ੍ਹਾਂ ਤੁਸੀਂ ਉੱਥੋਂ ਨਿਕਲ ਗਏ ਉੱਥੇ ਅਸੀਂ ਮਤਲਬ ਖਾਰਕਿਵ 'ਚ ਸੀਗਾ ਹੀ ਅਪਰੋਕਸ 4-5 ਹਜ਼ਾਰ ਬੱਚਾ ਕਿਹੜੇ ਬਾਰਡਰ ਰਾਹੀਂ ਤੁਸੀਂ ਹੁਣ ਅੱਜ ਜਿਹੜੇ ਪਰਤੇ ਹੋ ਜਿਹੜਾ ਆਪਾਂ ਅਸੀਂ ਪੋਲੈਂਡ ਦੇ ਥਰੂ ਆਏ ਹਾਂ ਜੀ ਅੱਛਾ ਹੁਣ ਕਿੰਨੇ ਕੁ ਬੱਚੇ ਉੱਥੇ ਜਿਹੜੇ ਹੈਗੇ ਆ ਫਸੇ ਹੋਏ ਨੇ ਇਸ ਵਕਤ ਅਪਰੋਕਸ ਸਾਰੇ ਨਿਕਲ ਚੁੱਕੇ ਆ ਜੀ ਕਿਉਂਕਿ ਹਜੇ ਕੱਲ੍ਹ ਹੀ ਨਿਕਲੇ ਕੋਈ ਸਟੂਡੈਂਟ ਰਸ਼ੀਆ ਦੇ ਥਰੂ ਵੀ ਨਿਕਲੇ ਆ ਅਲੱਗ ਅਲੱਗ ਬਾਰਡਰ ਰਸ਼ੀਆ ਥਰੂ ਗਏ ਆ ਹੰਗਰੀ
ਗਿਆ ਉਧਰ ਪੋਲੈਂਡ ਰੋਮਾਨੀਆ ਸਾਰਿਆਂ ਦੇ ਥਰੂ ਅਲੱਗ ਅਲੱਗ ਨਿਕਲ ਚੁੱਕੇ ਆ ਮੋਸਟਲੀ ਹੁਣ ਕਰਨ ਵੀ ਆਪਾਂ ਜੇ ਗੱਲ ਕਰੀਏ ਉੱਥੇ ਜਿਹੜਾ ਤੁਹਾਡਾ ਆਪਾਂ ਆਉਣ ਜਾਣ ਦੀ ਗੱਲ ਕਰੀਏ ਜਾਂ ਖਾਣ ਪੀਣ ਦੇ ਪ੍ਰਬੰਧ ਦੀ ਗੱਲ ਕਿਸ ਤਰ੍ਹਾਂ ਦਾ ਸੀਗਾ ਕੋਈ ਅੰਬੈਸੀ ਇੰਡੀਅਨ ਅੰਬੈਸੀ ਨੇ ਤੁਹਾਡੀ ਮਦਦ ਕੀਤੀ ਨਹੀਂ ਸਰ ਖਾਣ ਪੀਣ ਦਾ ਕੁਛ ਨਹੀਂ ਹੋਇਆ ਗਿਆ ਅਸੀਂ ਬਸ ਜਿਸ ਦਿਨ ਸਟਾਰਟ ਹੋਈ ਹੈ 24 ਤਰੀਕ ਨੂੰ ਉਸ ਦਿਨ ਅਸੀਂ ਸੁਬਹ ਸੁਬਹ ਜੋ ਸ਼ੈਲਿੰਗ ਸਟਾਰਟ ਹੋਈ ਹੈ ਆਪਣੇ ਰਿਸਕ 'ਤੇ ਜਾ ਕੇ ਵੀ ਆਪਣੇ ਵੱਲੋਂ ਐਜ਼ ਆ ਸੇਫਟੀ ਮਤਲਬ ਪ੍ਰੀਕੋਸ਼ਨ ਲੈਂਦੇ ਹੋਏ ਸਮਾਨ ਇਕੱਠਾ ਕਰ ਲਿਆ ਮਤਲਬ ਪਾਣੀ 5-6 ਦਿਨਾਂ ਦਾ ਅਤੇ ਖਾਣ ਪੀਣ ਦਾ ਜਿੰਨਾ ਹੋ ਸਕਦਾ ਸੀ ਮੈਕਸੀਮਮ ਕਿਉਂਕਿ ਉਸ ਟਾਈਮ ਸਾਰੇ ਬਹੁਤ ਰਸ਼ ਵੱਧ ਚੁੱਕਿਆ ਸੀ ਜਿੰਨਾ ਕੁ ਸਮਾਨ ਮਿਲ ਸਕਦਾ ਸੀ ਮੈਕਸੀਮਮ ਇਕੱਠਾ ਕਰ ਲਿਆ ਸੀ ਆਪਣੇ ਅਸੀਂ ਸਰ ਨਿਕਲੇ ਰਾਤ ਨੂੰ ਮਤਲਬ ਪਹੁੰਚੇ 2 ਵਜੇ ਹੋਟਲ 'ਤੇ ਸੁਬਹਾ 10 ਵਜੇ ਸਾਨੂੰ ਵੀ ਆ ਗਏ ਸਾਡੀ ਲਿਸਟ ਨਾਮ ਆ ਚੁੱਕੇ ਸੀ ਵੀ ਤੁਹਾਡੀ ਫਲਾਈਟ ਹੈ ਅਤੇ ਫਿਰ ਉਸ ਤੋਂ ਬਾਅਦ ਸਰ ਏਅਰਪੋਰਟ ਲਈ ਅਤੇ ਮਤਲਬ ਸ਼ਾਮ ਨੂੰ 4-4:30 ਵਜੇ ਫਲਾਈਟ ਨਿਕਲੀ ਜਿਵੇਂ ਤੁਸੀਂ ਉੱਥੇ ਰਹੇ ਹੋਵੋਗੇ ਦੱਸ ਰਹੇ ਬਹੁਤ ਵਧੀਆ ਸ਼ਹਿਰ ਸੀਗਾ ਅਤੇ ਹੁਣ ਤੁਸੀਂ ਉਸ ਦਾ ਮੰਜ਼ਰ ਦੇਖਣ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸਰ ਬਹੁਤ ਬੁਰਾ ਲੱਗਦਾ ਜਦੋਂ 4 ਸਾਲ ਰਹੇ ਹੋ ਅੱਗੇ ਆਪਣੀ ਲਾਈਫ ਦੇ ਮੇਨ ਮਤਲਬ ਜਿਹੜੇ ਲਾਈਫ 'ਚ ਬੰਦਾ ਕਹਿੰਦਾ ਵੀ ਕੁਛ ਬਣਨਾ ਹੁੰਦਾ ਹੈ 4 ਸਾਲ ਉੱਥੇ ਕੱਢਿਆ ਹੁਣ ਦੇਖਦੇ ਉਹਨਾਂ ਦੀ ਫੋਟੋਆਂ ਦੇਖਦੇ ਜਿੱਥੇ ਅਸੀਂ ਜਾਂਦੇ ਹੁੰਦੇ ਜਿੱਥੇ ਫੈਸਟੀਵਲਸ ਹੁੰਦੇ ਯੂਨੀਵਰਸਿਟੀ ਹੁੰਦੀ ਸਾਡੀ ਜਿਸ ਹਿਸਾਬ ਦੇ ਹਾਲਾਤ ਅਸੀਂ ਬਿਲਡਿੰਗਸ ਦੇਖਦੇ ਕੁਛ ਨਹੀਂ ਬਚਿਆ ਬਹੁਤ ਮਤਲਬ ਬੁਰਾ ਲੱਗਦਾ ਰੋਣਾ ਆਉਂਦਾ ਅੰਦਰੋਂ ਜਿਹੜੇ ਤੁਹਾਡੇ ਨਾਲ ਦੇ ਹੋਰ ਸਟੂਡੈਂਟ ਸੀ ਉਹ ਸਾਰੇ ਆ ਗਏ ਜਾਂ ਉੱਥੇ ਵੀ ਕੋਈ ਰਹਿ ਗਏ ਜਾਂ ਕੋਈ ਤੁਹਾਡੇ ਨਾਲ ਕਨੈਕਟ ਹੋਇਆ ਕੋਈ ਨਹੀਂ ਸਰ ਮੋਸਟ ਆਫ ਦਾ ਸਟੂਡੈਂਟ ਹੁਣ ਆ ਚੁੱਕੇ ਆ ਅਤੇ ਬਟ ਇੰਡੀਆ ਨਹੀਂ ਪਹੁੰਚੇ ਬਾਰਡਰਸ ਮੋਸਟ ਆਫ ਸਟੂਡੈਂਟ ਕ੍ਰੋਸ ਕਰ ਚੁੱਕੇ ਆ ਇੰਡੀਆ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਵੀ ਉੱਥੇ ਬੱਚੇ ਰਹਿ ਗਏ ਜੀ ਉਹਨਾਂ ਬਾਰੇ ਇੰਡੀਅਨ ਸਰਕਾਰ ਨੂੰ ਸਰ ਆਹ ਹੀ ਕਹਿਣਾ ਚਾਹੂੰਗਾ ਮੇਨ ਮਤਲਬ ਬਹੁਤ ਜ਼ਿਆਦਾ ਮੋਸਟ ਆਫ ਦਾ ਸਟੂਡੈਂਟ 90% ਉਹਨਾਂ ਦੇ ਡਾਕੂਮੈਂਟਸ ਨਹੀਂ ਉੱਥੋਂ ਕਲੈਕਟ ਕਰ ਸਕੇ ਹੋ ਕਿਉਂਕਿ ਅੱਧੇ ਡਾਕੂਮੈਂਟ ਸਾਡੀ ਯੂਨੀਵਰਸਿਟੀ ਸੀਗੇ ਹੁਣ ਯੂਨੀਵਰਸਿਟੀ ਸਾਨੂੰ ਕੁਛ ਨਹੀਂ ਪਤਾ ਵੀ ਅੱਗੇ ਹੁਣ ਕਦੋਂ ਖੁੱਲਣਗੀਆਂ ਜਾਂ ਕਦੋਂ ਸਟਾਰਟ ਹੋਣਗੀਆਂ ਡਾਕੂਮੈਂਟ ਸਾਰਿਆਂ ਦੇ ਉੱਥੇ ਅੱਗੇ ਅਸੀਂ ਕੁਛ ਨਹੀਂ ਕਰ ਸਕਦੇ ਇੱਥੇ ਪਹਿਲਾਂ ਤੁਹਾਨੂੰ ਕੋਈ ਹੈਲਪ ਕਰਨੀ ਚਾਹੀਦੀ ਤਾਂ ਕਿ ਡਾਕੂਮੈਂਟਸ ਵਗੈਰਾ ਰਿਵਿਊ ਕਰਨ 'ਚ ਮਤਲਬ ਕਿ ਬਣਵਾ ਸਕਣ ਜਿਹੜੇ ਇੱਥੇ ਆ ਪਹੁੰਚੇ ਆ ਉਹ ਅਤੇ ਦੂਸਰਾ ਸਰ ਅੱਗੇ ਆਹੀ ਵੀ ਕੁਛ ਐਡਮਿਸ਼ਨ ਵਗੈਰਾ ਤੁਹਾਨੂੰ ਕੁਛ ਤਾਂ ਕਰਨਾ ਚਾਹੀਦਾ ਹੈਲਪ ਜਿਸ ਹਿਸਾਬ ਨਾਲ ਮਤਲਬ ਪਹੁੰਚੇ ਆ ਇਹ ਆਪਣੇ ਪੀਜੀ ਚੀਜ਼ ਸੀਗੇ ਜਾਂ ਕਿਤੇ ਹੋਰ ਕਿਤੇ ਪਹਿਲਾਂ ਤਾਂ ਅਸੀਂ ਉੱਥੇ ਸੀਗੇ ਮਤਲਬ ਫਲੈਟ 'ਚ ਹੀ ਰਹੇ ਹਾਂ ਜਦੋਂ ਜ਼ਿਆਦਾ ਸ਼ੈਲਿੰਗ ਸਟਾਰਟ ਹੋ ਚੁੱਕੀ ਸੀ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਮਤਲਬ ਹੈੱਡ ਆ ਜਿਹੜੇ ਸੰਭਾਲਦੇ ਉਹਨਾਂ ਦੀ ਨੋਟਿਸ ਵਗੈਰਾ ਆ ਗਈ ਸੀ ਤੁਸੀਂ ਮੈਟਰੋ ਚਲੇ ਜਾਓ ਉਹ ਜ਼ਿਆਦਾ ਸੇਫ ਹੈ ਫਿਰ ਅਸੀਂ ਉੱਥੇ ਮੈਟਰੋ 'ਚ ਰਹੇ ਕਿੰਨਾ ਕੁ ਨੇੜੇ ਤੋਂ ਦੇਖਿਆ ਤੁਸੀਂ ਜਿਹੜੇ ਤੁਹਾਡੇ ਨੇੜੇ ਪੂਰੀ ਬੰਬਿੰਗ ਹੀ ਸਾਡੇ ਮਤਲਬ ਆਵਾਜ਼ਾਂ ਤਾਂ 24 ਘੰਟੇ ਸੁਣੀ ਰਹੀਆਂ ਸੀ ਅਤੇ ਇੱਕ ਜਦੋਂ ਮਤਲਬ ਨਿਕਲੇ ਹਾਂ ਅਸੀਂ ਉਦੋਂ ਉਸ ਟਾਈਮ ਤੋਂ ਮਤਲਬ ਸਾਡੀ ਅੱਖਾਂ ਦੇ ਸਾਹਮਣੇ ਬਲਾਸਟ ਹੋਏ ਆ ਅੰਬੈਸੀ ਨੇ ਕਿਸੇ ਤਰ੍ਹਾਂ ਦੀ ਮਦਦ ਕੀਤੀ ਹੋਵੇ ਅੰਬੈਸੀ ਨੇ ਸਰ ਪਹਿਲਾਂ ਤਾਂ ਸਰ ਦੇਖੋ ਖਾਰਕਿਟ ਜਿਸ ਤਰ੍ਹਾਂ ਸਿਚੁਏਸ਼ਨ ਸੀਗੀ ਇਹਨਾਂ ਨੂੰ ਉੱਥੋਂ ਤਾਂ ਮਤਲਬ ਮੁਸ਼ਕਿਲ ਸੀਗਾ ਕੱਢਣਾ ਪਰ ਇਹਨਾਂ ਨੂੰ ਉੱਥੋਂ ਕੱਢਣਾ ਚਾਹੀਦਾ ਸੀ ਬਟ ਜਦੋਂ ਬਾਰਡਰ ਕ੍ਰੋਸ ਕਰ ਲਏ ਜੀ ਉਸ ਤੋਂ ਬਾਅਦ ਆ ਗਏ ਜੀ ਉਸ ਤੋਂ ਬਾਅਦ ਹੈਲਪ ਹੋਈ ਹੈ ਸਾਡੀ ਉਸ ਤੋਂ ਮਤਲਬ ਬੱਸਿਸ ਵਗੈਰਾ ਆਈਆਂ ਅਰੇਂਜ ਕੀਤੀਆਂ ਇਹਨਾਂ ਨੇ ਅਤੇ ਉਸ ਜੇਕਰ ਆਪਾਂ ਗੱਲ ਕਰੀਏ ਜਿਹੜਾ ਤੁਹਾਡਾ ਹੁਣ ਜਿਵੇਂ ਭਾਰਤ ਸਰਕਾਰ ਨੇ ਰਹਿੰਦੀ ਪੜ੍ਹਾਈ ਲਈ ਤੁਹਾਡੇ ਫੈਸਲਾ ਲੈ ਗਿਆ ਉਸਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰ ਕਰਨਾ ਚਾਹੀਦਾ ਸਰ ਕਿਉਂਕਿ ਹੁਣ ਉੱਥੇ ਵਾਪਸੀ ਦਾ ਕੁਛ ਨਹੀਂ ਪਤਾ ਹੁਣ ਕਿੰਨਾ ਚਿਰ ਇਹ ਚੱਲੂਗੀ ਇਹ ਚੀਜ਼ ਕਿੰਨਾ ਚਿਰ ਮਤਲਬ ਕੁਛ ਨਹੀਂ ਪਤਾ ਅੱਗੇ ਟਾਈਮ ਦਾ ਵੀ ਇਹ ਲੰਮੀ ਵੀ ਹੋ ਸਕਦੀ ਹੈ ਠੀਕ ਵੀ ਹੋ ਸਕਦਾ ਹੈ ਇਸ ਲਈ ਕਰਨਾ ਚਾਹੀਦਾ ਸਟੈਪ ਉਹਨਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਸਟੂਡੈਂਟਸ ਲਈ ਕਿ ਜਾਂ ਉਹਨਾਂ ਨੂੰ ਐਡਮਿਸ਼ਨ ਇੱਥੇ ਦਿੱਤੀ ਜਾਵੇ ਜਾਂ ਕੁਛ ਵੀ ਅੱਗੇ ਕੀਤਾ ਜਾਵੇ ਉਹਨਾਂ ਦੀ ਹੈਲਪ ਲਈ ਜੇਕਰ ਆਪਾਂ ਗੱਲ ਕਰੀਏ ਆਰਥਿਕ ਤੌਰ 'ਤੇ ਲੁੱਟ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸੀ ਜਿਹੜੇ ਸਟੂਡੈਂਟ ਇੱਧਰੋਂ ਗਏ ਆ ਸਰ ਲੁੱਟਦੇ ਉਹ ਆਏ ਆ ਉਹ ਜਦੋਂ ਜਿਸ ਹਿਸਾਬ ਦੀ ਮਤਲਬ ਉਸ ਸਿਚੁਏਸ਼ਨ ਸੀਗੀ ਉਸ ਹਿਸਾਬ ਨਾਲ ਮਤਲਬ ਕ੍ਰਾਈਮ ਵੱਧਦਾ ਹੀ ਆ ਹਰੇਕ ਜਗ੍ਹਾ 'ਤੇ ਵੱਧਦਾ ਉਸ ਤਰ੍ਹਾਂ ਨਾਲ ਮਤਲਬ ਵਧਿਆ ਸੀਗਾ ਬਹੁਤ ਹੋਇਆ ਸਟੂਡੈਂਟ ਨਾਲ ਵੀ ਬਹੁਤ ਹੋਇਆ ਜੇਕਰ ਗੱਲ ਕਰੀਏ ਕਿੰਨੇ ਤੁਸੀਂ ਅੱਜ ਵਾਪਸ ਪਰਤੇ ਹੋ ਜਿਹੜੇ ਭਾਰਤ ਉੱਥੋਂ ਯੂਕਰੇਨ ਤੋਂ ਕਰੀਬਨ ਮੈਂ ਅਸੀਂ ਇੱਕ ਫਲਾਈਟ 'ਚ 250-300 ਬੱਚਾ ਸੀਗਾ ਅੱਜ ਜਿਸ ਫਲਾਈਟ 'ਚ ਆਏ ਹਾਂ ਅੰਦਾਜ਼ਨ ਕਿੰਨਾ ਕੁ ਬੱਚਾ ਹੋਰ ਫਸਿਆ ਹੋ ਸਕਦਾ ਉੱਥੇ ਇਸ ਵਕਤ ਸਰ 1200 ਤਾਂ ਖਾਰਕਿਵ 'ਚ ਹੈ ਮੈਨੂੰ ਪਤਾ ਜਿਹੜਾ ਇਸ ਵਕਤ ਮਤਲਬ ਹਜੇ ਹੁਣੇ ਬਾਰਡਰ ਕ੍ਰੋਸ ਕਰਿਆ ਜਿਨ੍ਹਾਂ ਨੇ ਕੋਈ ਕੇਂਦਰ ਸਰਕਾਰ ਨੂੰ ਅਪੀਲ ਤੁਹਾਡੇ ਵੱਲੋਂ ਸਰ ਸਰਕਾਰ ਨੂੰ ਆਹੀ ਅਪੀਲ ਆ ਬਸ ਵੀ ਅੱਗੇ ਦੇ ਸਟੈਪ ਦੇਖ ਕੇ ਲੈਤੇ ਜਾਣ ਵੀ ਜਿਸ ਹਿਸਾਬ ਦੀ ਸਿਚੁਏਸ਼ਨ ਹੋ ਰਹੀ ਹੈ ਕੁਛ ਨਹੀਂ ਪਤਾ ਹੈ ਕਿੰਨਾ ਲੰਬਾ ਚੱਲ ਸਕਦਾ ਅਤੇ ਉਸ ਹਿਸਾਬ ਨਾਲ ਕੀਤਾ ਜਾਵੇ ਵੀ ਜਾਂ ਤਾਂ ਐਡਮਿਸ਼ਨ ਦੇ ਦੌਰਾਨ ਜਾਂ ਕੁਛ ਵੀ ਮਤਲਬ ਜਿਸ ਤਰ੍ਹਾਂ ਦੀ ਹੈਲਪ ਹੋ ਸਕਦੀ ਹੈ ਉਸ ਤਰ੍ਹਾਂ ਦੀ ਕੀਤੀ ਜਾਓ ਤੁਸੀਂ ਜਦੋਂ ਨਿਕਲੇ ਹੋਵੋਗੇ ਜਦੋਂ ਉੱਥੋਂ ਚੱਲੇ ਹੋਵੋਗੇ ਆਪਣੇ ਮੈਟਰੋ 'ਚੋਂ ਹਾਂਜੀ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਰਸਤਾ ਰਿਹਾ ਹੈਗਾ ਜੀ ਰਸਤਾ ਸਰ 24 ਘੰਟੇ ਮਤਲਬ ਡਰ ਦੇ ਮਾਹੌਲ 'ਚ ਨਿਕਲੇ ਹਾਂ ਜਦੋਂ ਵੀ ਮਤਲਬ ਸੁਬਹਾ ਜਾਂਦੇ ਹੁੰਦੇ ਸੀਗੇ ਸੁਬਹਾ 6 ਵਜੇ ਤੋਂ 8 ਵਜੇ ਤੱਕ ਕਹਿੰਦੇ ਸੀਜ਼ ਫਾਇਰ ਹੁੰਦਾ ਸੀਗਾ ਉਦੋਂ ਜਾਂਦੇ ਹੁੰਦੇ ਖਾਣਾ ਵਗੈਰਾ ਤਿਆਰ ਕਰਨ ਲਈ ਵੀ ਉੱਥੇ ਰਹਿਣਾ ਕਿਉਂਕਿ ਮੈਟਰੋ 'ਚ ਤਾਂ ਵਿੱਚ ਕਈ ਵਾਰ ਐਂ ਵੀ ਹੋਇਆ ਵੀ ਸੀਜ਼ ਫਾਇਰ ਨਹੀਂ ਹੋਇਆ ਮਤਲਬ ਵਿੱਚ ਸ਼ੈਲਿੰਗ ਦੀ ਆਵਾਜ਼ ਆ ਰਹੀ ਹੈ ਆਵਾਜ਼ਾਂ 'ਚ ਵੀ ਅਸੀਂ ਵਾਪਸ ਆਏ ਹਾਂ ਡਰ ਕੇ ਫਿਰ ਮੈਟਰੋ ਤੋਂ ਜੋ ਤੁਸੀਂ ਸਫ਼ਰ ਸੀ ਕਿਸ ਤਰ੍ਹਾਂ ਕਿੱਥੋਂ ਕਿੱਥੇ ਕਿੱਥੇ ਗਏ ਅਤੇ ਕਿਸ ਤਰ੍ਹਾਂ ਦਾ ਰਿਹਾ ਉਹ ਸਰ ਮੈਟਰੋ ਤੋਂ ਜਿਵੇਂ ਸਾਡਾ ਸੀਗਾ 15-20 ਮਿੰਟ ਦੀ ਦੂਰੀ 'ਤੇ ਸੀਗੇ ਫਲੈਟ ਸਾਡੇ ਤਾਂ ਉੱਥੋਂ ਤੱਕ ਜਾਣਾ ਉਹੀ ਡਰ ਲੱਗਦਾ ਹੁੰਦਾ ਸੀ ਵੀ ਕਿਉਂਕਿ ਕੁਛ ਨਹੀਂ ਪਤਾ ਸੀ ਕਿੱਥੇ ਕਿਸ ਸਮੇਂ ਕੀ ਹੋ
ਅਤੇ ਸਾਡਾ ਅਪਰੋਕਸ 10 ਤੋਂ 12 ਕਿਲੋਮੀਟਰ ਦੂਰ ਸੀਗਾ ਸਾਡੇ ਉੱਥੋਂ ਫਲੈਟ ਤੋਂ ਸਟੇਸ਼ਨ। ਅਤੇ ਜਿਸ ਉਸ ਟਾਈਮ ਸਾਡੇ ਮਤਲਬ ਅਸੀਂ ਅੱਖਾਂ ਸਾਹਮਣੇ ਬਲਾਸਟ ਦੇਖੇ ਆ ਰਸਤੇ 'ਚ। ਪੈਦਲ ਹੀ ਸਫ਼ਰ ਤਾਂ ਕੀਤਾ? ਹਾਂਜੀ ਪੈਦਲ ਕੀਤਾ ਸਰ। ਬਹੁਤ ਉੱਥੇ ਰਸ਼ ਬਹੁਤ ਜ਼ਿਆਦਾ ਸੀਗਾ ਕਿਉਂਕਿ ਇੱਕਦਮ ਸਿਚੁਏਸ਼ਨ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਸੀਗੀ ਕਿ ਸਾਰੇ ਸਟੂਡੈਂਟਸ ਨੂੰ ਇੱਕਦਮ ਨਿਕਲਣਾ ਪਿਆ ਸੀਗਾ। ਰੁਕਿਆ ਵੀ ਜਾ ਰਿਹਾ ਸੀ ਤੁਹਾਨੂੰ ਉੱਥੇ? ਹਾਂਜੀ ਉੱਥੇ ਰੁਕਿਆ ਜਾ ਰਿਹਾ ਸੀ ਕਿਉਂਕਿ ਉੱਥੇ ਇੰਡੀਅਨਸ ਨੂੰ ਬਹੁਤ ਘੱਟ ਪ੍ਰੈਫਰੈਂਸ ਮਿਲ ਰਹੀ ਸੀਗੀ। ਉੱਥੇ ਪਹਿਲਾਂ ਯੂਕਰੇਨੀਅਨਸ ਨੂੰ, ਫਿਰ ਅਰੇਬਿਕ ਹੁੰਦੇ ਜਿਹੜੇ ਇਹਨਾਂ ਨੂੰ ਮਿਲੇ ਸੀ, ਇਸ ਹਿਸਾਬ ਨਾਲ ਪ੍ਰੈਫਰੈਂਸ ਦੇ ਰਹੇ ਸੀ ਉਹ। ਅਤੇ ਜੇ ਗੱਡੀ 'ਚ ਸੀਗਾ ਤੁਸੀਂ ਸੀਗੇ ਉਹਦੇ 'ਚ ਕਿੰਨਾ ਕੁ ਰਸ ਸੀ? ਖੜ ਕੇ ਆਏ ਜਾਂ ਬੈਠ ਕੇ? ਖੜ ਕੇ ਆਏ, ਬੈਠਣ ਨੂੰ ਕੋਈ ਜਗ੍ਹਾ ਨਹੀਂ ਸੀ ਉੱਥੇ। ਕਿੰਨੇ ਘੰਟੇ ਦਾ ਸਫ਼ਰ ਹੋ ਗਿਆ ਸੀ? 16 ਘੰਟੇ ਦਾ ਸਫ਼ਰ ਸੀਗਾ ਜੀ ਉੱਥੋਂ। ਅਤੇ ਫਿਰ ਬੋਰਡਰ ਤੇ ਤੋਂ ਲਵੀਰ ਤੱਕ ਦਾ? ਬੋਰਡਰ ਤੇ ਆ ਕੇ ਕਿਸ ਤਰ੍ਹਾਂ ਦਾ ਹੋਇਆ ਗਾ ਜਿਹੜਾ ਤੁਸੀਂ ਬੋਰਡਰ ਕ੍ਰੋਸ ਕੀਤਾ? ਫਿਰ ਬੋਰਡਰ ਤੇ ਸਰ ਸਾਨੂੰ ਸੀਗਾ ਸਰ ਅੱਗੇ ਇੰਡੀਅਨ ਅਫੀਸ਼ਲਸ ਹੋਣਗੇ, ਅੱਗੇ ਬੱਸੀ ਸੀ, ਬਟ ਸਾਨੂੰ ਸੀਗਾ ਵੀ ਸਾਡੀ ਉੱਥੇ ਪ੍ਰੋਸੈਸ ਥੋੜੀ ਈਜ਼ੀ ਹੋਊ, ਬਟ ਜਿਸ ਹਿਸਾਬ ਦਾ ਮੌਸਮ ਸੀ ਉੱਥੇ ਮਾਈਨਸ ਟੈਂਪਰੇਚਰ ਸੀਗਾ, ਸਨੋਅ ਸੀਗੀ, ਅਸੀਂ 12 ਘੰਟੇ ਲਾਈਨ 'ਚ ਲਾ ਕੇ ਕ੍ਰੋਸ ਕੀਤਾ ਬੋਰਡਰ। ਸਾਡੀਆਂ ਅੱਖਾਂ ਸਾਹਮਣੇ ਘੱਟੋ ਘੱਟ 5-6 ਲੋਕ ਬੇਹੋਸ਼ ਹੋਏ ਆ। ਅਤੇ ਉੱਥੇ ਫਿਰ ਬੋਰਡਰ 'ਤੇ ਜਿਹੜਾ ਇੰਨੇ ਮਤਲਬ ਕਿ ਸਨੋਅ ਸੀਗੀ ਜਾਂ ਕੋਈ ਖਾਣ ਪੀਣ ਦਾ ਜਾਂ ਕੋਈ ਹੋਰ ਕਿਸੇ ਦਾ? ਨਹੀਂ ਸਰ, ਉੱਥੇ ਕੁਛ ਨਹੀਂ ਸੀਗਾ ਇਹੋ ਜਿਹਾ। ਅਤੇ ਫਿਰ ਪੋਲੈਂਡ ਦੇ ਬੋਰਡਰ 'ਤੇ ਤੁਹਾਨੂੰ ਕਿਸ ਤਰ੍ਹਾਂ ਕ੍ਰੋਸ ਕੀਤਾ ਗਿਆ? ਉੱਥੇ ਸਰ ਪੋਲੈਂਡ ਦੇ ਬੋਰਡਰ 'ਤੇ ਇੱਕਦਮ ਨਿਕਾਲ ਰਹੇ ਸੀ, ਮਤਲਬ ਸਾਰੇ ਜਿੰਨੇ ਹੋ ਸਕਦੇ ਉਹਨਾਂ ਦੀ ਅਫੀਸ਼ੀਅਲ ਪੋਲੈਂਡ ਦੀ, ਉਹਨਾਂ ਦੀ ਗਵਰਨਮੈਂਟ ਉਹੀ ਨਿਕਾਲ ਰਹੀ ਸੀ, ਉੱਥੇ ਅਫੀਸ਼ੀਅਲ ਨਹੀਂ ਸੀ ਕੋਈ, ਅੱਗੇ ਸੀਗੇ ਜਦੋਂ ਇੱਕ ਵਾਰੀ ਅਸੀਂ ਕ੍ਰੋਸ ਕਰ ਲਿਆ ਸੀ ਬੋਰਡਰ, ਉਸ ਤੋਂ ਬਾਅਦ ਬੱਸਿਸ ਭੇਜਤੀਆਂ ਸੀ ਉਹਨਾਂ ਨੇ। ਇੰਡੀਅਨ ਅੰਬੈਸੀ ਦਾ ਕੀ ਰੋਲ ਰਿਹਾ ਤੁਹਾਡੇ ਸਾਰੇ 'ਚ? ਅੰਬੈਸੀ ਦਾ ਸਰ ਇਹੀ ਰੋਲ, ਅੱਗੇ ਮਤਲਬ ਹੋਟਲ ਵਗੈਰਾ ਅਰੇਂਜ ਕਰਤੇ ਸੀ ਇਹਨਾਂ ਨੇ, ਬੱਸਿਸ ਵਗੈਰਾ ਆ ਚੁੱਕੀਆਂ ਸੀ ਅੱਗੇ, ਅਤੇ ਫਲਾਈਟਸ ਵਗੈਰਾ ਤੱਕ ਜਾਣਾ ਈਜ਼ੀ ਰਿਹਾ ਥੋੜ੍ਹਾ, ਅੱਗੇ ਖਾਣਾ ਵੀ ਪ੍ਰੋਵਾਈਡ ਕੀਤਾ ਇਹਨਾਂ ਨੇ। ਉੱਥੇ ਫਿਰ ਪੋਲੈਂਡ 'ਚ ਤੁਹਾਨੂੰ ਕਿੱਥੇ ਰੱਖਿਆ ਗਿਆ ਸੀਗਾ? ਪੋਲੈਂਡ 'ਚ ਸਰ ਇੱਕ ਦਿਨ ਅਸੀਂ ਜਿਸ ਦਿਨ ਗਏ ਹਾਂ ਉਸ ਦਿਨ ਤਾਂ ਇੱਕ ਆਸ਼ਰਮ ਸੀਗਾ ਆਰਟ ਆਫ ਲਿਵਿੰਗ, ਇੱਕ ਦਿਨ ਅਸੀਂ ਉੱਥੇ ਰਹੇ ਹਾਂ, ਅਤੇ ਉਸ ਤੋਂ ਬਾਅਦ ਇਹਨਾਂ ਨੇ ਅਗਲੇ ਦਿਨ ਸ਼ਾਮ ਨੂੰ 7 ਵਜੇ ਦੇ ਕਰੀਬ ਸਾਨੂੰ ਇੱਧਰ ਹੋਟਲ 'ਚ ਸ਼ਿਫਟ ਕਰਤਾ ਸੀਗਾ। ਉਸ ਕੀ ਨਾਮ ਹੈ? ਬਲਕਰਨ ਸਿੰਘ। ਕੀ ਕਹਿਣਾ ਚਾਹੋਗੇ ਜਿਹੜਾ ਬੇਟਾ ਜੁਗਰੇਨ ਤੋਂ ਵਾਪਸ ਆਏਗਾ, ਕਿਸ ਤਰ੍ਹਾਂ? ਦੇਖੋ ਜੀ, ਵਾਹਿਗੁਰੂ ਜੀ ਅਕਾਲ ਪੁਰਖ ਦੀ ਕਿਰਪਾ ਜੀ, ਸਾਡਾ ਬੱਚਾ ਸਾਡੇ ਕੋਲ ਆ ਗਿਆ, ਲੈ ਆਏ ਹਾਂ ਅਸੀਂ। ਚਲੋ ਬਸ ਇਹਦੇ ਉੱਤੇ ਸਾਡੇ ਵਾਸਤੇ ਇੱਕ ਬੇਟਾ ਸੀਗਾ ਉਹ ਵੀ ਫਸਿਆ ਹੋਇਆ ਸੀ, ਆ ਗਿਆ ਵਾਹਿਗੁਰੂ ਤਾਂ ਰੋਸੀ ਬਖਸ਼ ਕੇ ਜੀ। ਬਾਕੀ ਮਤਲਬ ਬੱਚੇ ਦੇ ਡਾਕੂਮੈਂਟਸ ਵਗੈਰਾ ਸਭ ਉੱਥੇ ਜਲ ਗਏ ਆ ਜਾਂ ਕੀ ਹੋ ਗਿਆ? ਪਲੱਸ 2 ਦੇ 10th ਦੇ ਸਰਟੀਫਿਕੇਟ ਉਹਨਾਂ ਯੂਨੀਵਰਸਿਟੀ ਨੇ ਲਏ ਸੀ, ਉਹ ਵੀ ਉੱਥੇ ਤਬਾਹ ਹੋ ਚੁੱਕੇ ਬੱਚੇ ਦੇ ਜੀ। 4 ਸਾਲ ਲਾਇਆ ਬੱਚੇ ਨੇ, ਬੜਾ ਪੈਸਾ ਖਰਾਬ ਕੀਤਾ ਜੀ, ਅਤੇ ਮਿਹਨਤ ਵੀ ਕੀਤੀ ਆ। ਗੌਰਮੈਂਟ ਅੱਗੇ ਸਾਡੀ ਰਿਕੁਐਸਟ ਆ ਕੋਈ ਸਾਨੂੰ ਐਡਮਿਸ਼ਨ ਬੱਚੇ ਨੂੰ ਇੱਥੇ ਦੇਣ ਜਾਂ ਕੁਛ ਵੀ ਇਹਨਾਂ ਦਾ ਮਸਲਾ ਹੱਲ ਕਰਨ। ਬੱਚਾ ਇੱਥੇ ਆ ਕੇ ਤਾਂ ਡਿਪਰੈਸ਼ਨ ਚਲੇ ਜਾਣਗੇ ਜੀ ਬੱਚੇ। ਹੁਣ ਸਟੱਡੀ ਦੇਖੋ ਜੀ, ਨੇ MBBS 1 ਹੁਣ ਛੋਟਾ ਕੀ ਕਰੂਗਾ ਕਰਕੇ, 4 ਸਾਲ ਨਹੀਂ ਸੋਚ ਸਕਦਾ ਬੱਚਾ, ਬਹੁਤ ਇਹ ਨਹੀਂ ਇਕੱਲਾ ਸਾਰਿਆਂ ਨਾਲ ਹੋਊਗੀ ਜੀ, ਅਤੇ ਇੱਥੇ ਸੰਭਾਲਿਆ ਜਾਵੇ ਬੱਚਾ। ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ? ਕੁਛ ਬੱਚੇ ਹਜੇ ਵੀ ਉੱਤਰ ਹੈਗੇ ਅਤੇ ਉਹਨਾਂ ਨੂੰ ਕੱਢਣ ਬਾਰੇ ਅਤੇ ਜਾਂ ਇਹਨਾਂ ਦੇ ਡਾਕੂਮੈਂਟ? ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਹੈਲਪ ਕਰਨ ਜੀ, ਇਹਨਾਂ ਦੀ ਕੱਢਣ, ਉਹਨਾਂ ਨੂੰ ਵੀ ਕੱਢਣ। ਸਾਰੇ ਬੱਚੇ, ਸਾਰੇ ਮਾਂ ਬਾਪ ਦੇ ਬੱਚੇ ਇੱਕੋ ਹੀ ਹੁੰਦੇ ਆ, ਦਰਦ ਇੱਕੋ ਹੀ ਹੁੰਦਾ ਜੀ, ਸਭ ਦੀ ਪੜ੍ਹਾਈ ਆ, ਸਭ ਦਾ ਦੇਖੋ ਪੈਸਾ ਕਿਵੇਂ ਲਾਇਆ ਹੋਣਾ ਮਾਂ ਬਾਪ ਨੇ, ਕਿੱਦਾਂ ਇਹਨਾਂ ਨੇ। ਜਦ ਦੇਖੋ 4 ਸਾਲ ਬਹੁਤ ਹੁੰਦੇ ਜੀ, ਕੀ ਕਰੂ ਬੱਚਾ ਨਵੇਂ ਸਿਰੇ ਤੋਂ, ਕੁਛ ਵੀ ਨਹੀਂ, ਸੋਚ ਵੀ ਨਹੀਂ ਸਕਦਾ ਬੱਚਾ ਛੋਟਾ ਕੰਮ। ਬਠਿੰਡਾ ਤੋਂ ਅਜੀਤ ਟੀਵੀ ਲਈ ਨਵ ਸਿੰਘ ਸਿੱਧੂ ਦੀ ਰਿਪੋਰਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।